ਸਤ ਸ੍ਰੀ ਅਕਾਲ ਜੀ। ਪ੍ਰਾਈਮ ਹਿਸਟਰੀ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ। ਪਿਛਲੇ ਪ੍ਰੋਗਰਾਮ ਦੇ ਵਿੱਚ ਸ਼ਹੀਦ ਭਾਈ ਮੇਵਾ ਸਿੰਘ ਲੋਪ ਹੋ ਕੇ ਹੁਣਾਂ ਦਾ ਉਹ ਬਿਆਨ ਡਾਕਟਰ ਵਰਿਆਮ ਸਿੰਘ ਸੰਧੂ ਹੁਣਾਂ ਨੇ ਤੁਹਾਡੇ ਨਾਲ ਸਾਂਝਾ ਕੀਤਾ ਕਿ ਕਿਵੇਂ ਕਿੰਨਾ ਕਾਰਨਾ ਕਰਕੇ ਉਹਨਾਂ ਨੂੰ ਹਾਪਕਿਨਸਨ ਦਾ ਕਤਲ ਕਰਨਾ ਪਿਆ, ਅਤੇ ਉਸ ਬਿਆਨ ਦੇ ਵਿੱਚ ਉਹਨਾਂ ਨੇ ਸਾਫ਼ ਮੰਨਿਆ ਕਿ ਇਹ ਕਤਲ ਸਿਰਫ ਮੈਂ ਕੀਤਾ ਔਰ ਬਿਲਕੁਲ ਸੋਚ ਸਮਝ ਕੇ ਕੀਤਾ ਹੈ ਅਤੇ ਕਿਹੜੇ ਕਾਰਨਾਂ ਕਰਕੇ ਕੀਤਾ ਹੈ, ਇਹ ਸਾਰਾ ਕੁਛ ਉਸ ਬਿਆਨ ਦੇ ਵਿੱਚ ਸਾਫ਼ ਜ਼ਾਹਿਰ ਸੀ। ਅਤੇ ਅਦਾਲਤ ਨੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਜਿਹੜੀ ਹੈ ਜੀ ਸੁਣਾਈ, ਅਤੇ ਉਸ ਤੋਂ ਬਾਅਦ ਉਹਨਾਂ ਨੂੰ ਅਪੀਲ ਕਰਨ ਲਈ ਕਿਹਾ ਗਿਆ। ਸੋ ਉਸ ਤੋਂ ਬਾਅਦ ਉਹਨਾਂ ਨੇ ਅਪੀਲ ਕੀਤੀ ਜਾਂ ਨਹੀਂ ਕੀਤੀ, ਇਹਦੇ ਬਾਰੇ ਜਾਣਦੇ ਡਾਕਟਰ ਸੰਧੂ ਹੁਣਾਂ ਕੋਲ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਪ੍ਰਾਈਮ ਏਸ਼ੀਆ ਦੇ ਸਟੂਡੀਓ ਦੇ ਵਿੱਚ ਤੁਹਾਡਾ ਬਹੁਤ ਸਵਾਗਤ। ਮਿਹਰਬਾਨੀ, ਸ਼ੁਕਰੀਆ। ਬਹੁਤ ਬਾਖਮਾਲ ਤਰੀਕੇ ਦੇ ਨਾਲ ਤੁਸੀਂ ਹਰੇਕ ਪੱਖ ਨੂੰ ਬਹੁਤ ਕਹਿੰਦੇ ਹੁੰਦੇ ਨਾ ਕਿ ਵੀ ਸਮਝਾ ਕੇ ਔਰ ਹਰੇਕ ਪੱਖ ਦੇ ਉੱਤੇ ਵਧੀਆ ਤਰੀਕੇ ਨਾਲ ਰੋਸ਼ਨੀ ਪਾ ਕੇ ਉਹਨਾਂ ਦੀ ਸ਼ਖਸੀਅਤ ਦੇ ਵੱਖ ਵੱਖ ਦ੍ਰਿਸ਼ਟੀਕੋਣ ਤੋਂ ਤੁਸੀਂ ਜਿਹੜਾ ਜੀ ਖੁਲਾਸਾ ਕੀਤਾ ਕਿ ਵੀ ਭਾਈ ਮੇਵਾ ਸਿੰਘ ਹੋਣੀ ਕਿੱਦਾਂ ਦੇ ਇਨਸਾਨ ਸੀ, ਅਤੇ ਫਿਰ ਕਿਵੇਂ 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 ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਥਲ ਪੁਥਲ ਹੋਈ ਅਤੇ ਕਿਵੇਂ ਮਾਨਸਿਕ ਦਬਾਅ ਵਧਿਆ ਅਤੇ ਉਹਨਾਂ ਕੋਲੋਂ ਹਾਪਕਿਨਸਨ ਦਾ ਕਤਲ ਹੋਇਆ, ਫਾਂਸੀ ਦੀ ਸਜ਼ਾ ਅਦਾਲਤ ਨੇ ਉਹਨਾਂ ਨੂੰ ਸੁਣਾ ਦਿੱਤੀ। ਬੜਾ ਮੰਦਭਾਗਾ ਫੈਸਲਾ ਸੀ ਉਸ ਵੇਲੇ ਦੇ ਪੰਜਾਬੀ ਭਾਈਚਾਰੇ ਲਈ। ਫਿਰ ਮੈਂ ਇਤਿਹਾਸ ਦੇ ਵਿੱਚ ਕਿਤੇ ਪੜ੍ਹਿਆ ਸੀ ਕਿ ਉਹਨਾਂ ਨੂੰ ਅਪੀਲ ਕਰਨ ਲਈ ਵੀ ਕਿਹਾ ਗਿਆ ਸੀ, ਇਹ ਗੱਲ ਸੱਚ ਹੈ ਜੀ? ਇਹ ਸੱਚ ਹੈ ਗੱਲ। ਉਹ ਫਿਰ ਕੀ ਬਣਿਆ? ਉਹ ਇਸ ਤਰ੍ਹਾਂ ਹੈ ਕਿ ਭਾਈ ਮੇਵਾ ਸਿੰਘ ਨੂੰ ਜਦੋਂ ਫਾਂਸੀ ਦੀ ਸਜ਼ਾ ਦਾ ਐਲਾਨ ਕਰ ਦਿੱਤਾ ਗਿਆ ਜੀ, ਤਾਂ ਉਹਨਾਂ ਨੂੰ ਨਿਊ ਵੈਸਟ ਮਿਨਿਸਟਰ ਦੀ ਜਿਹੜੀ ਜੇਲ੍ਹ ਸੀਗੀ ਉੱਥੇ ਲਿਜਾਇਆ ਗਿਆ। ਬਹੁਤ ਹੀ ਤਹੰਬਲ ਨਾਲ, ਬੜੇ ਸਹਿਜ ਨਾਲ ਉਹ ਅਗਲੇ ਦਿਨ ਜਿਹੜੇ ਸੀ ਉਹਨਾਂ ਨੇ ਆਪਣੇ ਜੇਲ੍ਹ ਦੇ ਵਿੱਚ 30 ਅਕਤੂਬਰ ਨੂੰ ਇਹ ਫੈਸਲਾ ਸੁਣਾਇਆ ਗਿਆ ਸੀਗਾ, 11 ਜਨਵਰੀ 1915 ਨੂੰ ਫਾਂਸੀ ਲੱਗਣੀ ਸੀਗੀ। ਤੋ ਨਵੰਬਰ ਅਤੇ ਦਸੰਬਰ ਦੇ 2 ਮਹੀਨੇ ਅਤੇ ਅਗਲੇ 11 ਦਿਨ ਜਿਹੜੇ ਸੀਗੇ ਇਹ ਉਹਨਾਂ ਨੇ ਜੇਲ੍ਹ ਵਿੱਚ ਗੁਜ਼ਾਰੇ। ਅਤੇ ਜੇਲ੍ਹ ਦੇ ਕਰਮਚਾਰੀ ਜਿਹੜੇ ਸਨ ਉਹ ਹੈਰਾਨ ਸਨ ਕਿ ਕੁਝ ਦਿਨਾਂ ਦੀ ਵਿੱਥ ਉੱਤੇ ਬੰਦੇ ਦੇ ਸਾਹਮਣੇ ਮੌਤ ਖਲੋਤੀ ਹੋਵੇ ਮੂੰਹ ਅੱਡ ਕੇ, ਅਤੇ ਉਹ ਬੰਦਾ ਏਡਾ ਸਹਿਜ, ਸ਼ਾਂਤ ਚਿੱਤ, ਨਿਮਰ, ਉੱਥੇ ਜੇਲ੍ਹ ਦੇ ਵਿੱਚ ਵੀ ਬਹੁਤ ਹੀ ਸੋਹਣੇ ਢੰਗ ਦੇ ਨਾਲ ਜਿਹੜਾ ਸੀ ਵਿਚਰ ਰਿਹਾ ਸੀਗਾ। ਕਿਤੇ ਗੁੱਸਾ ਨਹੀਂ, ਕਿਤੇ ਨਾਰਾਜ਼ਗੀ ਨਹੀਂ, ਕਿਤੇ ਦੁੱਖ ਨਹੀਂ, ਕਿਤੇ ਪੀੜ ਨਹੀਂ, ਕਿਤੇ ਭੈ ਨਹੀਂ ਗਾ ਮੌਤ ਦਾ। ਇਹ ਸਾਰਾ ਕੁਝ ਜਿਹੜਾ ਸੀ ਕਿ ਨਹੀਂ ਉਹ ਉਹਨਾਂ ਨੇ ਗ੍ਰਹਿਣ ਕੀਤਾ ਸੀ ਕਿ ਆਪਣੀ ਜਿਹੜੀ ਉਹਨਾਂ ਦੀ ਸਿੱਖੀ ਵਿੱਚ ਆਸਥਾ ਸੀਗੀ ਉੱਥੇ ਪਾਠ ਕਰਦੇ ਰਹਿੰਦੇ। ਬਾਕੀ ਇੱਕ ਗੱਲ ਤੁਸੀਂ ਪਹਿਲਾਂ ਵੀ ਦੱਸੀ, ਉਹਦਾ ਮੈਂ ਜ਼ਿਕਰ ਕਰਨਾ ਚਾਹੁੰਦਾ ਦਰਸ਼ਕਾਂ ਨੂੰ ਇੱਕ ਵਾਰੀ ਫਿਰ ਰੀਫਰੈਸ਼ ਕਰਾਉਣਾ ਉਹ ਗੱਲ ਕਿ ਕਿਵੇਂ ਉਹ ਸਾਰਾ ਕਾਂਡ ਜਦੋਂ ਵਾਪਰਿਆ ਕਿ ਭਾਈ ਬੇਲਾ ਸਿੰਘ ਨੇ ਹਾਪਕਿਨਸਨ ਦੀ ਸ਼ਹਿਰ ਦੇ ਉੱਪਰ ਗੁਰਦੁਆਰਾ ਸਿੱਖ ਟੈਂਪਲ ਵੈਨਕੂਵਰ ਦੇ ਵਿੱਚ ਗੋਲੀਆਂ ਚਲਾ ਕੇ ਭਾਈ ਭਾਗ ਸਿੰਘ ਦਾ ਕਤਲ ਕੀਤਾ, ਜਿਹਦੇ ਵਿੱਚ ਭਾਈ ਬਦਨ ਸਿੰਘ ਵੀ ਸ਼ਹੀਦ ਹੋਏ ਅਤੇ ਹੋਰਨਾਂ ਨੂੰ ਗੋਲੀਆਂ ਵੀ ਲੱਗੀਆਂ। ਉਸੇ ਕੇਸ ਦੇ ਸਿਲਸਿਲੇ ਦੇ ਵਿੱਚ ਭਾਈ ਮੇਵਾ ਸਿੰਘ ਲੋਪੂ ਕੇ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਕਿੱਡੀ ਬੇਇਨਸਾਫੀ ਵਾਲੀ ਗੱਲ ਸੀ। ਅਤੇ ਭਾਈ ਬੇਲਾ ਸਿੰਘ ਦਾ ਚਲੋ ਆਪਣੇ ਗ੍ਰਿਫਤਾਰ, ਬੇਲਾ ਸਿੰਘ ਨੂੰ ਤਾਂ ਗ੍ਰਿਫਤਾਰ ਕੀਤਾ ਹੀ ਗਿਆ, ਉਹਦਾ ਕੇਸ ਠੰਡੇ ਬਸਤੇ ਦੇ ਵਿੱਚ ਕਿ ਸ਼ਰੇਆਮ ਸਾਰਿਆਂ ਨੂੰ ਪਤਾ ਹੈ ਕਿ ਵੀ ਉਹਨੇ ਕਤਲ ਕੀਤਾ, ਤੇ ਇਹਨਾਂ ਦਾ ਕੇਸ ਕਿਵੇਂ ਫਾਸਟ ਟਰੈਕ ਦੇ ਵਿੱਚ ਪਾ ਕੇ ਜਲਦੀ ਜਲਦੀ 3.5 ਮਹੀਨੇ ਦੇ ਵਿੱਚ ਸੁਣਵਾਈ ਵੀ ਹੋ ਗਈ ਤੇ 15 ਜਨਵਰੀ 2015 ਨੂੰ, 11 ਜਨਵਰੀ 2015 ਨੂੰ ਇਹਨਾਂ ਨੂੰ ਫਾਂਸੀ ਦੀ ਸਜ਼ਾ ਵੀ ਸੁਣਾ ਦਿੱਤੀ ਗਈ। ਮਤਲਬ ਕਿੰਨੀ ਮਤਲਬ ਆਪਣੇ ਆਪ ਵਿੱਚ ਹੀ ਹੈਰਾਨਕੁਨ ਗੱਲ ਹੈਗੀ ਹੈ ਵੀ ਸਾਰਾ ਮਸਲੇ ਵਿਚਾਰ ਕੇ 1 ਘੰਟੇ 40 ਮਿੰਟ ਦੇ ਵਿੱਚ ਤੁਸੀਂ ਬਿਆਨ ਵੀ ਲੈ ਲਓ, ਦੋਵਾਂ ਵਕੀਲਾਂ ਨੂੰ ਵੀ ਸੁਣ ਲਓ ਅਤੇ ਫੈਸਲਾ ਵੀ ਸੁਣਾ ਦਿਓ। ਅਤੇ ਉਹਦਾ ਜਿਹੜਾ ਵਕੀਲ ਸੀ ਨਾ ਮਿਸਟਰ ਵੁੱਡ ਜੀ, ਉਹ ਉਹਦੀ ਸ਼ਖਸੀਅਤ ਤੋਂ ਬਹੁਤ ਪ੍ਰਭਾਵਿਤ ਸੀਗਾ ਮੇਵਾ ਸਿੰਘ ਦੀ ਤੋਂ। ਠੀਕ ਹੈ। ਅਤੇ ਉਹਨੂੰ ਲੱਗਦਾ ਸੀ ਕਿ ਇਹ ਬੰਦਾ ਮਰਨਾ ਨਹੀਂ ਕਰ ਚਾਹੀਦਾ, ਠੀਕ ਹੈ, ਵੀ ਇਹ ਕਿਸ ਤਰੀਕੇ ਨਾਲ ਬਚ ਜਾਵੇ ਜੀ। ਹਾਲਾਂਕਿ ਉਹਨੇ ਤਾਂ ਕਿਹਾ ਸੀ ਕਿ ਮੈਂ ਵਕੀਲ ਦੀ ਜ਼ਰੂਰਤ ਨਾ, ਉਹਨੇ ਕਿਹਾ ਸੀ ਮੇਰਾ ਕੇਸ ਜਿਹੜਾ ਤੁਸੀਂ ਪੇਸ਼ ਕਰੋ ਮੈਨੂੰ ਬਚਾਉਣ ਦੇ ਵਾਸਤੇ, ਕੋਈ ਇੱਦਾਂ ਦੀ ਗੱਲ ਹੀ ਨਹੀਂ, ਮੈਂ ਤਾਂ ਮੰਨਦਾ ਵੀ ਕਤਲ ਕੀਤਾ। ਉਹਨੇ ਕਿਹਾ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤੋਂ ਅਪੀਲ ਕਰਵਾ ਲਈ ਜਾਵੇ, ਠੀਕ ਹੈ। ਅਤੇ ਉਹਨੇ ਜਾ ਕੇ ਨਾ ਉਹਨੂੰ ਰਿਕੁਐਸਟ ਕੀਤੀ ਵੀ ਤੂੰ ਅਪੀਲ ਕਰਦੇ, ਅਤੇ ਉਹਨਾਂ ਨੇ ਅਪੀਲ ਦੀ ਉਹਦੀ ਬੇਨਤੀ ਜਿਹੜੀ ਸੀ ਬਿਲਕੁਲ ਠਕਰਾਉਣੀ ਸੀ। ਉਹਨੇ ਕਿਹਾ ਵੀ ਸਵਾਲ ਹੀ ਨਹੀਂ ਪੈਦਾ ਹੁੰਦਾ ਜੇ ਮੈਂ ਅਦਾਲਤ ਦੇ ਵਿੱਚ ਆਪਣੇ ਆਪ ਨੂੰ ਬਚਾਉਣ ਦਾ ਕੋਈ ਚਾਰਾ ਨਹੀਂ ਗਾ ਕੀਤਾ, ਅਤੇ ਮੈਂ ਹੁਣ ਅਪੀਲ ਕਿਉਂ ਕਰੂੰਗਾ ਜੀ। ਇਹ ਗੱਲ ਵੀ ਜਿਹੜੀ ਹੈ
ਇਹ ਗੱਲ ਵੀ ਭਗਤ ਸਿੰਘ ਹੋਣਾ ਵਾਸਤੇ ਅੱਗੇ ਜਿਹੜਾ ਜਾ ਕੇ ਉਹ ਕਹਿੰਦੇ ਵੀ ਅਸੀਂ ਕੋਈ ਅਪੀਲ ਨਹੀਂ ਕਰਨੀ, ਉਹਨਾਂ ਦੇ ਪਿਓ ਨੇ ਅਪੀਲ ਕੀਤੀ ਸੀਗੀ ਅਤੇ ਭਗਤ ਸਿੰਘ ਨੇ ਆਪਣੇ ਪਿਤਾ ਦੇ ਨਾਲ ਨਾਰਾਜ਼ਗੀ ਪ੍ਰਗਟ ਕੀਤੀ ਸੀ ਇਸ ਗੱਲ ਦੇ ਉੱਤੇ, ਠੀਕ ਹੈ ਨਾ, ਉਹਨੇ ਕਿਹਾ ਮੈਂ ਅਪੀਲ ਕੋਈ ਨਹੀਂ ਕਰਨੀ। ਅਤੇ ਉਹ ਮਿਸਟਰ ਬੋਰਡਰ ਨੂੰ ਇਹ ਪਤਾ ਚੱਲਦਾ ਰਹਿੰਦਾ ਸੀਗਾ ਵੀ ਇਹ ਬੜਾ ਸਹਿਜ ਸ਼ਾਂਤ ਚਿੱਤ ਆ, ਅਤੇ ਜਿਹੜੇ ਜੇਲ੍ਹ ਦੇ ਕਰਮਚਾਰੀ ਨੇ ਨਾ ਉਹ ਵੀ ਹੈਰਾਨ ਨੇ ਉਹਦੇ ਇਸ ਵਤੀਰੇ ਉੱਤੇ। ਅਤੇ ਉਹਨੇ ਇੱਕ ਨਵੀਂ ਤਰਕੀਬ ਸੋਚੀ ਆਪਣੇ ਤੌਰ ਦੇ ਉੱਤੇ ਜੀ, ਉਹਨੇ ਜਿਹੜਾ ਸੀ ਕਿ ਨਹੀਂ ਨਿਊ ਵੈਸਟ ਮਿਨਿਸਟਰ ਦਾ ਮੈਂਟਲ ਹੈਲਥ ਕੇਅਰ ਦਾ ਸੈਂਟਰ ਜਿਹੜਾ ਸੀਗਾ ਜੀ, ਉਸ ਸੈਂਟਰ ਨੂੰ ਉਹਨੇ 3 ਜਨਵਰੀ ਵਾਲੇ ਦਿਨ ਜਦੋਂ ਮੌਤ ਨੇੜੇ ਆ ਰਹੀ ਸੀ, ਫਾਂਸੀ ਦਾ ਦਿਨ ਨੇੜੇ ਆ ਰਿਹਾ ਸੀ, ਉਹਨੇ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਮੇਵਾ ਸਿੰਘ ਦਾ ਦਿਮਾਗੀ ਸੰਤੁਲਨ ਠੀਕ ਨਹੀਂ ਹੈਗਾ ਜੀ, ਹੈ, ਅਤੇ ਉਹਨੇ ਇਸ ਅਸੰਤੁਲਨ ਦੇ ਵਿੱਚ ਹੀ ਜਿਹੜਾ ਕਿ ਨਹੀਂ ਇਹ ਹਾਪਕਿਨਸਨ ਦਾ ਕਤਲ ਕੀਤਾ, ਠੀਕ ਹੈ ਨਾ, ਅਤੇ ਇਸ ਕਰਕੇ ਤੁਹਾਨੂੰ ਚਾਹੀਦਾ ਕਿ ਤੁਸੀਂ ਉਹਦਾ ਮੁਆਇਨਾ ਕਰੋ ਜੀ। ਅਤੇ ਪਰ 2 ਦਿਨ ਦੇ ਬਾਅਦ 5 ਤਰੀਕ ਨੂੰ ਜਿਹੜੇ ਸੀਗਾ ਮੈਂਟਲ ਹੈਲਥ ਕੇਅਰ ਵਾਲਿਆਂ ਨੇ ਉਹਨੂੰ ਜਵਾਬ ਦਿੱਤਾ ਕਿ ਮੇਵਾ ਸਿੰਘ ਨੂੰ ਉਹਨਾਂ ਨੇ ਬੁਲਾਇਆ, ਮੇਵਾ ਸਿੰਘ ਦੇ ਨਾਲ ਗੱਲਬਾਤ ਕੀਤੀ, ਸਾਰੇ ਹਾਲਾਤ ਦੇ ਬਾਰੇ ਮੇਵਾ ਸਿੰਘ ਦੀਆਂ ਟਿੱਪਣੀਆਂ ਸੁਣੀਆਂ। ਮੇਵਾ ਸਿੰਘ ਨੇ ਕਿਹਾ ਕਿ ਮੈਂ ਬੜੀ ਹੋਸ਼ੋ ਹਵਾਸ਼ ਦੇ ਨਾਲ ਹਾਪਕਿਨਸਨ ਦਾ ਕਤਲ ਕੀਤਾ। ਤੋ ਇਹ ਜਿਹੜਾ ਬੰਦਾ ਇੰਨੇ ਡਰਾਮੇ ਦੇ ਨਾਲ ਅਦਾਲਤ ਵਿੱਚ ਪੇਸ਼ ਹੋ ਰਿਹਾ ਸੀਗਾ, ਜਿਹਨੇ ਇੰਨੇ ਡਰਾਮੇ ਦੇ ਨਾਲ ਆਪਣਾ ਬਿਆਨ ਲਿਖਿਆ ਹੋਇਆ ਸੀ, ਜਿਹਦੇ ਵਿੱਚੋਂ ਇੰਨੀ ਸਹਿਜਤਾ ਦੇ ਨਾਲ ਕਈ ਦਿਸ਼ਾਵਾਂ ਜਿਹੜੀਆਂ ਸੀਗੀਆਂ ਉਸ ਸਥਿਤੀ ਦੀਆਂ ਪ੍ਰਗਟ ਹੋ ਰਹੀਆਂ ਸੀਗੀਆਂ, ਉਹ ਬੰਦਾ ਦਿਮਾਗੀ ਤੌਰ 'ਤੇ ਅਸੰਤੁਲਿਤ ਕਿਵੇਂ ਹੋ ਸਕਦਾ, ਠੀਕ ਹੈ ਨਾ। ਤੋ ਇਹ ਗੱਲ ਜਿਹੜੀ ਆ ਉਹਦੇ ਵਕੀਲ ਦੀ ਮੰਨੀ ਨਹੀਂ ਗਈ, ਮੰਨੀ ਨਹੀਂ ਗਈ, ਅਤੇ ਉਹਦੇ ਵਕੀਲ ਨੂੰ ਵੀ ਨਿਰਾਸ਼ ਹੋਣਾ ਪਿਆ, ਵਕੀਲ ਨੂੰ ਤਾਂ ਨਿਰਾਸ਼ ਹੋਣਾ ਪਿਆ ਜੀ, ਪਰ ਮੇਵਾ ਸਿੰਘ ਨੂੰ ਤਾਂ ਇਸ ਗੱਲ ਦਾ ਚਾਅ ਸੀਗਾ, ਕਿਉਂਕਿ ਉਹਨੇ ਇਹ ਕਿਹਾ ਸੀਗਾ ਕਿ ਮੈਂ ਤਾਂ ਫਾਂਸੀ ਦੇ ਤਖ਼ਤੇ ਵੱਲ ਇਸ ਤਰ੍ਹਾਂ ਜਾਵਾਂਗਾ ਜਿਵੇਂ ਭੁੱਖਾ ਬੱਚਾ ਮਾਂ ਨੂੰ ਮਿਲਣ ਦੇ ਵਾਸਤੇ ਜਾਂਦਾ। ਤਾਂ ਉਹ ਉਸ ਦਿਨ ਦੀ ਬੜੀ ਜਿਹੜੀ ਸੀ ਸ਼ਿੱਦਤ ਦੇ ਨਾਲ ਉਡੀਕ ਕਰਦਾ ਸੀਗਾ, ਅਤੇ ਅਖੀਰ ਇੱਕ ਦਿਨ ਜਿਹੜਾ ਸੀਗਾ ਉਹ 11 ਜਨਵਰੀ ਦਾ ਦਿਨ ਵੀ ਉਹ ਆ ਪਹੁੰਚਾ ਜਿਸ ਦਿਨ ਉਹਨੇ ਫਾਂਸੀ ਦੇ ਤਖ਼ਤੇ ਨੂੰ ਰਵਾਨਾ ਹੋਣਾ। ਡਾਕਟਰ ਸਾਹਿਬ, ਉਸ ਮੰਦਭਾਗੀ ਦਿਲ ਬਾਰੇ ਵੀ ਗੱਲਬਾਤ ਆਪਾਂ ਕਰਾਂਗੇ, ਇਸ ਸਮਾਂ ਬ੍ਰੇਕ ਦਾ ਹੋ ਗਿਆ ਜੀ, ਦੋਸਤੋ ਬ੍ਰੇਕ ਤੋਂ ਬਾਅਦ ਵਾਪਸ ਪੜ੍ਹਦੇ ਹਾਂ। ਪ੍ਰਾਈਮ ਏਸ਼ੀਆ ਟੀਵੀ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈੱਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੈਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਪ੍ਰਾਈਮ ਹਿਸਟਰੀ ਪ੍ਰੋਗਰਾਮ ਦੇ ਵਿੱਚ। ਬ੍ਰੇਕ ਤੋਂ ਪਹਿਲਾਂ ਜ਼ਿਕਰ ਕਰ ਰਹੇ ਸੀ ਕਿ ਆਖਰਕਾਰ ਉਹ ਮਨਹੂਸ ਮੰਦਭਾਗਾ ਦਿਨ ਜਿਹੜਾ ਜੀ ਆ ਗਿਆ, 11 ਜਨਵਰੀ 1915 ਵਾਲਾ ਦਿਨ ਜਿਸ ਦਿਨ ਭਾਈ ਮੇਵਾ ਸਿੰਘ ਹੋਣਾ ਨੂੰ ਫਾਂਸੀ ਦਿੱਤੀ ਜਾਣੀ ਸੀ। ਡਾਕਟਰ ਸਾਹਿਬ, ਤੁਸੀਂ ਦੱਸ ਰਹੇ ਸੀ ਕਿ ਮੇਵਾ ਸਿੰਘ ਹੋਣਾ ਦੇ ਵਕੀਲ ਨੇ ਉਹਨਾਂ ਨੂੰ ਬਚਾਉਣ ਦੀ ਬੜੀ ਕੋਸ਼ਿਸ਼ ਕੀਤੀ, ਸ਼ਾਇਦ ਉਹਨਾਂ ਦੇ ਅੰਦਰ ਵੀ ਕੋਈ ਸੰਵੇਦਨਸ਼ੀਲ ਵਧੀਆ ਮਨੁੱਖ ਲੁਕਿਆ ਹੋਇਆ ਸੀ, ਉਹ ਨਹੀਂ ਸੀ ਚਾਹੁੰਦੇ ਕਿ ਭਾਈ ਮੇਵਾ ਸਿੰਘ ਹੁਣੀ ਸ਼ਹੀਦ ਹੋਣ। ਆਖਿਰਕਾਰ ਜਿੱਦਾਂ ਕਿ ਤੂੰ ਦੱਸਿਆ ਕਿ 11 ਜਨਵਰੀ 1915 ਦਾ ਉਹ ਦਿਨ ਆ ਗਿਆ, ਉਸ ਬਾਰੇ ਦੱਸੋ। 11 ਫਿਰ ਨਿਸ਼ਚਿਤ ਸੀਗਾ ਕਿ ਹੁਣ ਉਹਨਾਂ ਨੂੰ ਫਾਂਸੀ ਮਿਲਣੀ ਮਿਲਣੀ ਸੀਗੀ। ਤੋ ਪੰਜਾਬੀ ਭਾਈਚਾਰੇ ਦਾ ਪ੍ਰਤੀਕਰਮ ਵੀ ਨਾਲ ਦੀ ਨਾਲ ਦੱਸੋ। ਭਾਈਚਾਰਾ ਤਾਂ ਬਹੁਤ ਦੁਖੀ ਸੀ, ਜਿਵੇਂ ਤੁਸੀਂ ਕਹਿ ਰਹੇ ਹੋ ਨਾ ਕਿ ਇੱਕ ਮੰਦਭਾਗਾ ਦਿਨ ਸੀ ਉਹਨਾਂ ਦੇ ਵਾਸਤੇ, ਅਤੇ ਉਹਨਾਂ ਦਾ ਇੱਕ ਨਾਇਕ, ਉਹਨਾਂ ਦਾ ਇੱਕ ਹੀਰੋ, ਉਹਨਾਂ ਦਾ ਇੱਕ ਮਾਰਗਦਰਸ਼ਕ ਜਿਹੜਾ ਸੀਗਾ, ਇੱਕ ਚਾਨਣ ਮੁਨਾਰਾ ਬਣ ਕੇ ਉਹਨੇ ਕਿਹਾ ਸੀ, ਕਿਸੇ ਨੇ ਕਿਹਾ ਨਾ ਕਿ ਦੇਖੇ ਕਰੀਬ ਸੇ ਤੋ ਅੱਛਾ ਦਿਖਾਈ ਦੇ ਜੀ, ਦੁਨੀਆ ਮੇਂ ਕੋਈ ਸ਼ਖਸ ਤੋ ਐਸਾ ਦਿਖਾਈ ਦੇ, ਨੇਜ਼ੇ ਪੇ ਰੱਖ ਕੇ ਮੇਰਾ ਸਰ ਔਰ ਬੁਲੰਦ ਕਰ ਕਿ ਦੁਨੀਆ ਕੋ ਇੱਕ ਚਿਰਾਗ ਤੋਂ ਜਲਤਾ ਦਿਖਾਈ ਦੇ। ਤੋ ਇਹ ਨੇਜ਼ੇ ਦੇ ਉੱਤੇ ਟੰਗਿਆ ਹੋਇਆ ਜਿਹੜਾ ਸਿਰ ਸੀਗਾ ਇਹ ਚਿਰਾਗ ਵਾਂਗ ਰੌਸ਼ਨੀ ਦੇ ਰਿਹਾ ਸੀ ਸਾਰੇ ਪੰਜਾਬੀ ਭਾਈਚਾਰੇ ਨੂੰ। ਇਹ ਜਦੋਂ ਕੋਈ ਸ਼ਹੀਦੀ ਪ੍ਰਾਪਤ ਕਰਦਾ ਉਹ ਦਿਨ ਉਹਨਾਂ ਦੇ ਪਿਆਰਿਆਂ ਵਾਸਤੇ, ਉਹਨਾਂ ਦੇ ਚੁਗਿਰਦੇ ਵਾਲਿਆਂ ਵਾਸਤੇ, ਉਹਨਾਂ ਦੇ ਭਾਈਚਾਰੇ ਵਾਸਤੇ ਵਾਕਿਆ ਹੀ ਬੜਾ ਮੰਦਭਾਗਾ ਅਤੇ ਦੁਖਦਾਈ ਦਿਨ ਹੁੰਦਾ ਹੈ।
ਪਰ ਜਦੋਂ ਅਸੀਂ ਇੱਕ ਵਿੱਥ ਤੋਂ ਫਿਰ ਜੇ ਦੇਖਦੇ ਹਾਂ ਉਸ ਦਿਨ ਨੂੰ, ਤਾਂ ਉਹੀ ਦਿਨ ਜਿਹੜਾ ਸਾਡੇ ਵਾਸਤੇ ਬੜਾ ਮਾਣਯੋਗ ਦਿਨ ਜਿਹੜਾ ਬਣ ਜਾਂਦਾ। ਅਸੀਂ ਉਸ ਦਿਨ ਨੂੰ ਫਿਰ ਸੈਲੀਬ੍ਰੇਟ ਕਰਦੇ ਹਾਂ। ਅਸੀਂ ਕਹਿੰਦੇ ਕਿ ਸ਼ਹੀਦੋਂ ਕੀ ਚਿਤਾਓਂ ਪੇ ਲਗੇਂਗੇ ਹਰ ਬਰਸ ਮੇਲੇ, ਵਤਨ ਪੇ ਮਰਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਨ ਹੋਗਾ। ਮਤਲਬ ਅਸੀਂ ਉਹਨਾਂ ਨੂੰ ਸੈਲੀਬ੍ਰੇਟ ਕਰਦੇ ਉਹਨਾਂ ਦੀ ਸ਼ਹਾਦਤ ਨੂੰ। ਤਾਂ ਉਹਨਾਂ ਦੇ ਜਿਹੜਾ ਆਖਰੀ ਰਸਮਾਂ ਸੀਗੀਆਂ ਫਾਂਸੀ ਤੋਂ ਬਾਅਦ ਜਿਹੜੀਆਂ ਪਹਿਲਾਂ ਅਤੇ ਪਿੱਛੋਂ ਨਿਭਾਈ ਜਾਣ ਵਾਲੀਆਂ, ਉਹਦੇ ਵਾਸਤੇ ਗ੍ਰੰਥੀ ਭਾਈ ਮਿਤ ਸਿੰਘ ਪੰਡੋਰੀ ਹੋਰਾਂ ਨੂੰ ਬੁਲਾ ਲਿਆ ਗਿਆ। ਇਸ ਤੋਂ ਪਹਿਲਾਂ ਕਿ ਉਹ ਫਾਂਸੀ ਦੇ ਤਖਤੇ ਵੱਲ ਜਾਂਦੇ, ਉਹਨਾਂ ਨੇ ਆਪਣੇ ਭਾਈਚਾਰੇ ਵਾਸਤੇ ਇੱਕ ਸੰਦੇਸ਼ ਲਿਖ ਕੇ ਭੇਜਿਆ। ਉਹ ਸੰਦੇਸ਼ ਜਿਹੜਾ ਹੈ ਉਹ ਉਸ ਵੇਲੇ ਵੀ ਜਿਹੜਾ ਸੰਦੇਸ਼ ਉਹਨਾਂ ਨੇ ਦਿੱਤਾ, ਉਹਨਾਂ ਦੀ ਬੌਧਿਕ ਚੇਤਨਤਾ, ਉਹਨਾਂ ਦੀ ਇੱਕ ਜਿਹਨੂੰ ਆਪਾਂ ਕਹਾਂਗੇ ਕਿ ਨਹੀਂ ਇੱਕ ਵਿਸ਼ਾਲ ਵਿਜ਼ਨ ਜਿਹੜਾ ਸੀਗਾ ਅਤੇ ਉਹਨਾਂ ਦੀ ਸੋਚ ਦਾ ਪ੍ਰਦਰਸ਼ਨ ਜਿਹੜਾ ਉਹ 'ਚੋਂ ਪ੍ਰਗਟ ਹੁੰਦਾ ਹੈ। ਉਹ ਸੰਦੇਸ਼ ਜਿਹੜਾ ਕੁਝ ਇਸ ਤਰ੍ਹਾਂ ਦਾ ਕਿ ਉਹ ਕਹਿੰਦੇ ਨੇ ਕਿ ਗੁਲਾਮੀ ਦੇ ਖਿਲਾਫ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਤੁਹਾਨੂੰ ਇਕੱਠੇ ਹੋ ਕੇ ਲਗਾਤਾਰ ਕੋਸ਼ਿਸ਼ ਜਾਰੀ ਰੱਖਣੀ ਚਾਹੀਦੀ ਹੈ। ਮਤਲਬ ਕੀ ਹੈ, ਇਹ ਲੜਾਈ ਆਜ਼ਾਦੀ ਦੀ ਲੜਾਈ ਹੈ, ਠੀਕ ਹੈ, ਇਸ ਲੜਾਈ ਦੇ ਵਾਸਤੇ ਤੁਹਾਨੂੰ ਕੋਸ਼ਿਸ਼ ਕਰਕੇ ਗੁਲਾਮੀ ਤੋਂ ਮੁਕਤ ਹੋਣਾ ਚਾਹੀਦਾ। ਇਹਦੇ ਵਾਸਤੇ ਅਗਲੀ ਗੱਲ ਉਹ ਕਹਿੰਦੇ, ਇਹ ਅਸੀਂ ਤਾਂ ਹੀ ਕਰ ਸਕਾਂਗੇ, ਗੁਲਾਮੀ ਤੋਂ ਮੁਕਤੀ ਤਾਂ ਹੀ ਪ੍ਰਾਪਤ ਕਰ ਸਕਾਂਗੇ ਜੇ ਅਸੀਂ ਇਲਾਕੇਬੰਦੀ ਅਤੇ ਧਾਰਮਿਕ ਅਸਹਿਣਸ਼ੀਲਤਾ ਤੋਂ ਮੁਕਤ ਹੋਈਏ, ਠੀਕ ਹੈ। ਮਾਝੇ ਮਾਲਵੇ ਅਤੇ ਦੁਆਬੇ ਦੇ ਖਿਆਲ ਛੱਡੀਏ ਅਤੇ ਹਿੰਦੂ ਸਿੱਖ ਅਤੇ ਮੁਸਲਮਾਨ ਦੇ ਖਿਆਲਾਂ ਨੂੰ ਵੀ ਛੱਡ ਕੇ ਇਨਸਾਨੀ ਪੱਧਰ ਦੇ ਉੱਤੇ ਸੋਚੀਏ। ਤੁਸੀਂ ਇਹ ਦੇਖੋ, ਇਹਦੇ ਵਿੱਚ ਉਸ ਸਿੱਖੀ ਸਪਿਰਿਟ ਦਾ ਜ਼ਿਕਰ ਵੀ ਹੈਗਾ, ਜਿਹੜੀ ਸਿੱਖੀ ਸਪਿਰਿਟ ਮਾਨਸ ਕੀ ਜਾਤ ਸਭੇ ਏਕ ਪਹਿਚਾਨ ਬੋਧੀ ਗੱਲ ਕਰਦੀ ਹੈ। ਇਹਦੇ ਵਿੱਚ ਆਜ਼ਾਦੀ ਦੀ ਇੱਕ ਲਲਕ ਵੀ ਹੈਗੀ ਹੈ, ਇਹਦੇ ਵਿੱਚ ਆਪਣੇ ਭਾਈਚਾਰੇ ਨੂੰ ਸਿੱਖਿਆ ਅਤੇ ਸੰਦੇਸ਼ ਵੀ ਹੈਗਾ ਆ, ਔਰ ਲੜਨ ਦੀ ਪ੍ਰੇਰਨਾ ਵੀ ਹੈਗੀ ਹੈ। ਇਹਦੇ ਵਿੱਚ ਨਾਲ ਇਹ ਵੀ ਕਿਹਾ ਕਿ ਸਾਨੂੰ ਧਾਰਮਿਕ ਤੌਰ 'ਤੇ ਅਸਹਿਣਸ਼ੀਲ ਨਹੀਂ ਹੋਣਾ ਚਾਹੀਦਾ। ਅਸੀਂ ਆਪਣੇ ਧਰਮ ਨੂੰ ਚੰਗਾ ਕਹਿੰਦੇ ਹਾਂ, ਦੂਜੇ ਦੇ ਨੂੰ ਮਾੜਾ ਕਹਿੰਦੇ ਹਾਂ। ਮਤਲਬ ਉਹ ਕਹਿੰਦੇ ਕਿ ਹਿੰਦੂ ਸਿੱਖ ਅਤੇ ਮੁਸਲਮਾਨ ਦੇ ਤੌਰ 'ਤੇ ਨਾ ਸੋਚੋ, ਇਨਸਾਨ ਦੇ ਤੌਰ 'ਤੇ ਸੋਚੋ। ਇਹ ਪੈਗਾਮ ਬਹੁਤ ਮਹੱਤਵਪੂਰਨ ਸੀ। ਉਹ ਇਹੋ ਹੀ ਪੈਗਾਮ ਸੀ ਗਦਰ ਪਾਰਟੀ ਵਾਲਿਆਂ ਦਾ। ਉਹ ਉਹਨਾਂ ਨੇ ਗਦਰ ਦੀਆਂ ਗੂੰਜਾਂ 'ਚ ਲਿਖਿਆ ਜੇ ਸੱਚੇ ਦੀਨ ਦੀ ਕਿਸੇ ਨੂੰ ਸੂਹ ਕੋਈ ਨਾ, ਹੈਂ। ਤਾਂ ਇਹ ਸੱਚੇ ਦੀਨ ਦੀ ਜੇ ਸੂਹ ਸੀ ਕਿਸੇ ਨੂੰ, ਤਾਂ ਭਾਈ ਮੇਵਾ ਸਿੰਘ ਅਤੇ ਉਹਦੇ ਵਰਗੇ ਸਾਥੀਆਂ ਸੀਗੀ। ਤਾਂ ਇਹ ਸੁਨੇਹਾ ਦੇਣਾ ਜਿਹੜਾ ਕਿ ਨਹੀਂ, ਜਿਹੜਾ ਆਪਾਂ ਦਿਮਾਗੀ ਅਸੰਤੁਲਨ ਦੀ ਗੱਲ ਕਰਦੇ ਹਾਂ, ਉਹ ਇਹ ਗੱਲ ਦੱਸਦੀ ਹੈ ਕਿ ਉਹ ਆਖਰੀ ਦਮ ਤੱਕ ਜਿਹੜੇ ਸੀ ਉਹ ਕਿੱਡੇ ਸੰਤੁਲਿਤ ਸਨ ਕਿ ਫਾਂਸੀ ਦੇ ਤਖਤੇ ਵੱਲ ਜਾ ਰਹੇ ਨੇ ਔਰ ਇਸ ਤਰ੍ਹਾਂ ਦਾ ਪੈਗਾਮ ਜਿਹੜਾ ਆਪਣੀ ਕੌਮ ਦੇ ਨਾਲ ਉਹ ਭੇਜਦੇ ਪਏ ਨੇ। ਗਏ ਨੇ, ਉਹ ਅਰਦਾਸ ਕੀਤੀ ਉਹਨਾਂ ਨੇ, ਅਤੇ ਫਿਰ ਸ਼ਾਂਤ ਚਿੱਤ ਹੋ ਕੇ ਗੁਰੂ ਦੇ ਚਰਨਾਂ 'ਚ ਅਰਦਾਸ ਕਰਕੇ, ਅਤੇ ਉਹਨਾਂ ਨੇ ਇਹ ਸ਼ਬਦ ਜਿਹੜਾ ਸੀ ਗਾਉਣਾ ਸ਼ੁਰੂ। ਹਰ ਜਸ ਰੇ ਮਨਾ ਗਾਇਲ ਹੈ ਜੋ ਸੰਗੀ ਹੈ ਤੇਰ, ਇਹ ਸ਼ਬਦ ਜਿਹੜਾ ਸੀ ਗਾਉਂਦੇ ਹੋਏ ਉਹ ਫਾਂਸੀ ਦੇ ਤਖਤੇ ਵੱਲ ਗਏ ਔਰ 11 ਜਨਵਰੀ 1915 ਵਾਲੇ ਦਿਨ ਉਹ ਜਿਹੜੇ ਸੀਗੇ ਫਾਂਸੀ ਦੇ ਤਖਤੇ 'ਤੇ ਚੜ੍ਹ ਕੇ ਸ਼ਹਾਦਤ ਦਾ ਜਾਮ ਪੀ ਗਏ। ਇਸ ਤੋਂ ਅੱਗੇ ਜਿਹੜੀ ਗੱਲ ਹੈ ਉਹ ਇਹ ਹੈ ਕਿ ਜਦੋਂ ਉਹ ਸ਼ਹਾਦਤ ਜਿਹੜੀ ਪ੍ਰਾਪਤ ਕਰ ਜਾਂਦੇ ਨੇ, ਤਾਂ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਫਿਰ ਉਹਨਾਂ ਦੀ ਜਿਹੜੀ ਦੇਹ ਆ ਉਸ ਦੇਹ ਨੂੰ ਬੱਗੀ ਦੇ ਉੱਤੇ ਪੂਰਾ ਉਹਨਾਂ ਨੂੰ ਸਨਮਾਨ ਦੇ ਕੇ, ਜਿੱਦਾਂ ਅੰਤਮ ਘੜੀਆਂ ਦੇ ਉੱਤੇ ਸਨਮਾਨ ਦਿੱਤਾ ਜਾਂਦਾ ਪੰਜਾਬੀ ਭਾਈਚਾਰੇ ਵੱਲੋਂ, ਉਹ ਲਗਭਗ 500 ਆਦਮੀ ਜਿਹੜਾ ਸੀ ਕਿ ਨਹੀਂ, 400 ਤੋਂ ਲੈ ਕੇ 500 ਆਦਮੀ, ਉਸ ਵੇਲੇ 1000 ਕੁ ਬੰਦਾ ਸਾਰਾ ਰਹਿ ਗਿਆ ਸੀਗਾ ਇੱਥੇ ਕੈਨੇਡਾ ਦੇ ਵਿੱਚ, ਕੈਨੇਡਾ ਸਾਰੇ ਦੇ ਵਿੱਚ 1000 ਕੁ ਬੰਦਾ ਸੀਗਾ ਉਸ ਵੇਲੇ। ਬਾਕੀ ਸਾਰੇ ਕਿਉਂਕਿ ਆਉਣਾ ਬੰਦ ਹੋ ਗਿਆ ਸੀ ਨਾ, ਅਤੇ ਇੱਥੋਂ ਲੋਕ ਹੌਲੀ ਹੌਲੀ ਜਿਹੜੀ ਸੀ ਵੀ ਇੱਥੇ ਕੋਈ ਸੰਭਾਵਨਾਵਾਂ ਨਹੀਂ ਹੈਗੀਆਂ, ਅਮਰੀਕਾ ਵਿੱਚ ਚਲੇ ਗਏ ਸਨ ਜੀ। ਤੋ ਉਹਨਾਂ ਵਿੱਚੋਂ 500 ਬੰਦਾ ਜਿਹੜਾ ਸੀ ਲਗਭਗ ਉਸ ਵੇਲੇ ਹਾਜ਼ਰ ਸੀਗਾ। 2 ਘੋੜਿਆਂ ਵਾਲੀ ਬੱਗੀ ਜਿਹੜੀ ਸਜਾਈ ਗਈ ਉਹਦੇ ਵਿੱਚ ਉਹਨਾਂ ਦੀ ਜਿਹੜੀ ਸੀ ਦੇਹ ਉਹ ਰੱਖੀ ਗਈ, ਅਤੇ ਉਦੋਂ ਬਾਅਦ 4 ਮੀਲ ਜਿਹੜਾ ਸੀਗਾ ਉਹ ਫਾਸਲਾ ਤੈਅ ਕਰਨਾ, ਉਹਦੇ ਪਿੱਛੇ 5-5 ਦੇ ਜਿਹੜੇ ਸੀ ਬੰਦੇ ਕਾਲੇ ਕੱਪੜੇ ਪਹਿਨੇ ਹੋਏ ਸੀ, ਉਹਨਾਂ ਨੇ ਚਿੱਟੀਆਂ ਦਸਤਾਰਾਂ ਸਜਾਈਆਂ ਹੋਈਆਂ ਸੀ, ਲਾਈਨਾਂ ਵਿੱਚ ਸੱਜੇ ਹੋਏ ਸੀ। ਠੰਡ ਉਸ ਦਿਨ ਅੰਤਾਂ ਦੀ ਸੀ, ਮੀਂਹ ਪੈ ਰਿਹਾ ਸੀ, ਪਰ ਇੰਨੇ ਡਿਸਿਪਲਨ ਦੇ ਨਾਲ ਜਿਹੜੀ ਸੀ ਉਹ ਭਾਈ ਮੇਵਾ ਸਿੰਘ ਦੀ ਦੇਹ ਨੂੰ ਲੈ ਕੇ ਜਿੱਥੇ ਉਹਦਾ ਸੰਸਕਾਰ ਕਰਨਾ ਸੀ 4 ਮੀਲ ਦੂਰ ਫਰੇਜ਼ਰ ਮਿਲ ਦੇ ਵਿੱਚ ਜਾ ਕੇ, ਉਸ ਪਾਸੇ ਨੂੰ ਉਹ ਲਗਾਤਾਰ ਜਿਹੜੇ ਵੱਧਦੇ ਗਏ। ਡਾਕਟਰ ਸਾਹਿਬ, ਜੇ ਮੈਂ ਗਲਤ ਨਾ ਹੋਵਾਂ ਤਾਂ ਇਸ ਜਲੂਸ ਦੀ ਜਿਹੜੀ ਸੀਗੀ ਜੀ ਇੱਕ ਤਸਵੀਰ ਵੀ ਮੇਰੇ ਖਿਆਲ ਨਾਲ ਜੀ ਜੀ ਮਿਲਦੀ ਆ ਉਹ ਮਿਲਦੀ ਆ ਜੀ, ਹਾਂਜੀ ਜਲੂਸ ਦੀ ਤਸਵੀਰ ਵੀ ਮਿਲਦੀ ਆ, ਅਤੇ ਉਸ ਤਸਵੀਰ ਦੇ ਵਿੱਚ ਇੱਕ ਮੋੜ ਦੇ ਉੱਤੇ
चार पांच बंदे खड़ोते भी दिसते ने। ਆਪਾਂ ਇਹਦੇ ਇਹਨਾਂ ਬਾਰੇ ਗੱਲਬਾਤ ਕਰਾਂਗੇ, ਸਮਾਂ ਇੱਕ ਬ੍ਰੇਕ ਦਾ ਹੋ ਗਿਆ ਜੀ। ਓਕੇ, ਬ੍ਰੇਕ ਤੋਂ ਬਾਅਦ ਜਾਣਦੇ ਹਾਂ ਜੀ ਉਹ ਵਿਅਕਤੀ ਜਿਹੜੇ ਸੀ ਕੌਣ ਸੀ। ਪ੍ਰਾਈਮ ਏਸ਼ੀਆ ਟੀਵੀ ਨੂੰ ਤੁਸੀਂ ਆਸਟ੍ਰੇਲੀਆ, ਨਿਊਜ਼ੀਲੈਂਡ ਵਿੱਚ ਦੇਖ ਸਕਦੇ ਹੋ। ਰੀਅਲ ਟੀਵੀ ਚੈਨਲ ਨੰਬਰ 160 ਐਂਡ 361, ਲਾਈਵ ਟੀਵੀ ਚੈਨਲ ਨੰਬਰ 225, ਕਰੂਜ਼ ਟੀਵੀ ਚੈਨਲ ਨੰਬਰ 111, Shava TV channel number 399. Watch us worldwide on Yap TV, Apple TV, Smart TV, Xbox, PS4, Amazon Fast Stick, Roku and other platforms. Tusi apne Apple ja Android phone vich sadi app vi download kar sakde ho. Te sab to zaruri sada YouTube channel subscribe karna na bhulna. Prime Asia TV, tuhada apna, tuhade layi. ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਪ੍ਰਾਈਮ ਹਿਸਟਰੀ ਪ੍ਰੋਗਰਾਮ ਦੇ ਵਿੱਚ। ਬ੍ਰੇਕ ਤੋਂ ਪਹਿਲਾਂ ਗੱਲਬਾਤ ਚੱਲ ਰਹੀ ਸੀ ਕਿ ਸ਼ਹੀਦ ਭਾਈ ਮੇਵਾ ਸਿੰਘ ਲੋਪ ਹੋ ਕੇ ਉਹਨਾਂ ਦੀ ਜਿਹੜੀ ਸੀ ਜੀ ਮ੍ਰਿਤਕ ਦੇ, ਉਹਨਾਂ ਨੂੰ ਫਰੇਜ਼ਰ ਮਿਲ ਜਿੱਥੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਉੱਥੇ ਲਿਜਾਇਆ ਜਾ ਰਿਹਾ ਸੀ। ਸੋ ਤਕਰੀਬਨ ਕਾਫੀ ਵੱਡੀ ਗਿਣਤੀ ਜਿਹੜੀ ਸੀ, ਉਸ ਵੇਲੇ ਡਾਕਟਰ ਸਾਹਿਬ ਨੇ ਦੱਸਿਆ ਕਿ ਤਕਰੀਬਨ 1000 ਕੁ ਬੰਦਾ ਹੀ ਰਹਿ ਗਿਆ ਸੀ, ਤੋ 500-600 ਬੰਦੇ ਦੇ ਕਰੀਬ ਜਿਹੜਾ ਸੀਗਾ ਜੀ ਉਹਨਾਂ ਦੇ ਦੇਹ ਨੂੰ ਬੜੇ ਸ਼ਾਨ ਦੇ ਨਾਲ ਲੈ ਕੇ ਜਾਇਆ ਜਾ ਰਿਹਾ ਸੀ। ਅਤੇ ਤਸਵੀਰ ਦੀ ਜ਼ਿਕਰ ਕਰ ਰਿਹਾ ਸੀਗਾ ਕਿ ਮੈਂ ਉਸ ਵੇਲੇ ਇੱਕ ਤਸਵੀਰ ਵੀ ਜਿਹੜੀ ਹੈ ਜੀ ਉਹ ਖਿੱਚੀ ਗਈ ਸੀ, ਅਤੇ ਉਹਦੇ ਨਾਲ ਜਿਹੜੇ ਦੱਸਦੇ ਨੇ ਇੱਕ ਕਮੋਡ 'ਤੇ 5 ਵਿਅਕਤੀ ਖੜੇ ਸੀ, ਅਤੇ ਉਹ ਜਾਣਕਾਰੀ ਲੈਂਦੇ ਹਾਂ। ਡਾਕਟਰ ਸਾਹਿਬ ਕੌਣ ਸੀ ਉਹ ਵਿਅਕਤੀ ਜਿਹੜੇ ਜਦੋਂ ਉਹਨਾਂ ਦਾ ਮ੍ਰਿਤਕ ਦੇਹ ਲੈ ਕੇ ਜਾਈ ਜਾ ਰਹੀ ਸੀ ਖੜੇ ਸੀ? ਉਹ ਜਦੋਂ ਇਹ ਜਲੂਸ ਤੁਰ ਰਿਹਾ ਸੀਗਾ ਜੀ ਤਾਂ ਮੀਂਹ ਪੈ ਰਿਹਾ ਸੀ, ਠੰਡ ਸੀ। ਸ਼ਹੀਦ ਭਾਈ ਮੇਵਾ ਸਿੰਘ ਅਮਰ ਰਹਿ ਇਹਦੇ ਲਗਾਤਾਰ ਨਾਰੇ ਗੂੰਜਦੇ ਪਏ ਸੀ। ਬੜੇ ਸਨਮਾਨ ਦੇ ਨਾਲ ਉਹਨਾਂ ਦੇ ਦੇਹ ਨੂੰ ਲਿਜਾਇਆ ਜਾ ਰਿਹਾ ਸੀ। ਪੰਜ ਦੀ ਬੰਦਿਆਂ ਦੀ ਲਾਈਨ ਬਣੀ ਹੋਈ ਸੀਗੀ, ਕਾਲੇ ਕੱਪੜੇ, ਚਿੱਟੇ ਦਸਤਾਰੇ। ਜਿਹੜੇ ਤੁਸੀਂ ਪੰਜ ਬੰਦਿਆਂ ਦੀ ਜ਼ਿਕਰ ਕਰਦੇ ਹੋ, ਉਹ ਚਾਰ ਪੰਜ ਬੰਦਿਆਂ ਵਿੱਚ ਇੱਕ ਬੰਦਾ ਹੈਗਾ ਮੈਲਕਮ ਰੀਡ, ਅੱਛਾ ਜੀ, ਜਿਹੜਾ ਇਮੀਗ੍ਰੇਸ਼ਨ ਇੱਥੇ ਅਫਸਰ ਸੀਗਾ, ਜਿਹੜਾ ਹਾਪਕਿਨਸਨ ਦਾ ਯਾਰ ਸੀ, ਜਿਹਨੂੰ ਮਾਰਨਾ ਵੀ ਏਜੰਡੇ ਉੱਤੇ ਸੀਗਾ ਮੇਵਾ ਸਿੰਘ ਦੇ, ਪਰ ਉਹ ਉਸ ਦਿਨ ਹਾਪਕਿਨਸਨ ਦੇ ਨਾਲ ਆ ਨਹੀਂ ਸੀ ਸਕਿਆ ਕੋਰਟ ਦੇ ਵਿੱਚ, ਉਹ ਉੱਥੇ ਖੜੋਤਾ। ਹੁਣ ਇਹਦੇ ਬਾਰੇ ਆਪਾਂ ਅਨੁਮਾਨ ਲਾ ਸਕਦੇ ਹਾਂ ਕਿ ਉਹ ਕੀ ਇਹ ਦੇਖਣ ਵਾਸਤੇ ਆਇਆ ਕਿ ਜਿਹੜੇ ਬੰਦੇ ਨੇ ਹਾਪਕਿਨਸਨ ਨੂੰ ਮਾਰਿਆ ਸੀਗਾ ਉਹ ਬੰਦਾ ਹੁਣ ਜਿਹੜਾ ਕਿ ਨਹੀਂ ਉਹ ਮਰਿਆ ਪਿਆ ਆ, ਠੀਕ ਹੈ ਕਿ ਨਹੀਂ, ਉਹਦੀ ਇਹ ਹਾਲਤ ਵੇਖਣ ਵਾਸਤੇ ਆਇਆ, ਅਤੇ ਉਹ ਕੀ ਭਾਈਚਾਰੇ ਨੂੰ ਇਹ ਸੁਨੇਹਾ ਦੇਣ ਵਾਸਤੇ ਆਇਆ ਕਿ ਤੁਸੀਂ ਸਾਨੂੰ ਡਰਾਉਣਾ ਚਾਹੁੰਦੇ ਹੋ, ਅਤੇ ਮੈਂ ਨਹੀਂ ਗਾ ਡਰਦਾ, ਅਤੇ ਮੈਂ ਵੇਖੋ ਅਜੇ ਵੀ ਤੁਹਾਡੇ ਸਾਹਮਣੇ ਖੜਾ, ਉਹਨੂੰ ਖੁਦ ਨੂੰ ਪਤਾ ਸੀਗਾ ਕਿ ਬਈ ਮੇਰਾ ਵੀ ਜਿਹੜਾ ਖਤਲ ਹੈ ਵੀ ਇਹਨਾਂ ਦੇ ਏਜੰਡੇ ਦੇ ਉੱਪਰ ਹੈਗਾ, ਤਾਂ ਇਹ ਆਪਾਂ ਕਲਪਨਾ ਕਰ ਸਕਦੇ ਹਾਂ, ਪਰ ਉਹ ਦੇਖਣ ਵਾਸਤੇ ਆਇਆ ਇਹ ਜਾ ਰਹੇ ਨੇ ਲੋਕ, ਜਾਂ ਇਹ ਦੇਖਣਾ ਚਾਹੁੰਦਾ ਕਿ ਇਹਦੀ ਮੌਤ ਦਾ ਪ੍ਰਤੀਕਰਮ ਇਹਦੇ ਭਾਈਚਾਰੇ ਦੇ ਵਿੱਚ ਕਿਸ ਤਰ੍ਹਾਂ ਦਾ ਹੋਇਆ, ਪਰ ਮੌਤ ਦਾ ਪ੍ਰਤੀਕਰਮ ਜਿਹੜਾ ਸੀਗਾ ਉਹ ਸਾਡੇ ਲੋਕ ਜਿਹੜੇ ਸੀ ਉਹਨੂੰ ਆਪਣੇ ਮਾਣ ਮੱਤੇ ਸ਼ਹੀਦ ਦੇ ਤੌਰ ਦੇ ਉੱਤੇ ਉਹਨਾਂ ਨੂੰ ਸਨਮਾਨ ਦਿੱਤਾ, ਔਰ ਮੀਂਹ ਦੇ ਵਿੱਚ ਠੰਡ ਦੇ ਵਿੱਚ ਉਹ ਉਹਨਾਂ ਨੂੰ ਲੈ ਕੇ ਅਤੇ ਫਰੇਜ਼ਰ ਮਿਲ ਦੇ ਵਿੱਚ ਲੈ ਕੇ ਗਏ, ਔਰ ਉੱਥੇ ਜਾ ਕੇ ਉਹਨਾਂ ਦੀਆਂ ਜਿਹੜੀਆਂ ਅੰਤਿਮ ਰਸਮਾਂ ਸੀ ਭਾਈ ਬਿਤ ਸਿੰਘ ਉਹਨਾਂ ਨੇ ਸਿੱਖੀ ਰਸਮਾਂ ਦੇ ਅਨੁਸਾਰ ਜਿਹੜਾ ਸੀ ਉਹਨਾਂ ਦਾ ਅੰਤਿਮ ਸੰਸਕਾਰ ਜਿਹੜਾ ਉਹ ਕੀਤਾ। ਤੋ ਭਾਈ ਮੇਵਾ ਸਿੰਘ ਦੀ ਜਿਹੜੀ ਇਹ ਸ਼ਹਾਦਤ ਸੀ ਨਾ, ਜਿਵੇਂ ਉਹ ਸ਼ਾਂਤੀ ਦੇ ਨਾਲ ਸਹਿਜ ਦੇ ਨਾਲ 8:15 ਸਵੇਰੇ ਫਾਂਸੀ 'ਤੇ ਚੜ੍ਹੇ ਸਨ, ਔਰ ਮੌਤ ਨੂੰ ਜਿਵੇਂ ਉਹਨਾਂ ਨੇ ਪ੍ਰਣਾਇਆ ਸੀਗਾ, ਉਹ ਤੋਂ ਫੈਜ਼ ਦਾ ਸ਼ੇਰ ਜਿਹੜਾ ਚੇਤੇ ਆਉਂਦਾ ਕਿ ਜਿਸ ਧਜ ਸੇ ਕੋਈ ਮਕਤਲ ਮੇਂ ਗਿਆ ਵੋ ਸ਼ਾਨ ਸਲਾਮਤ ਰਹਿਤੀ ਹੈ, ਇਹ ਜਾਂ ਤੋਂ ਆਨੀ ਜਾਣੀ ਹੈ, ਇਸ ਜਾਂ ਕੀ ਤੋਂ ਕੋਈ ਬਾਤ ਨਹੀਂ ਹੈ। ਤੋ ਇਹ ਜਿਹੜੀ ਜਾਨ ਸਿੱਖਣੀ ਉਹ ਆਪਣੇ ਭਰਾਵਾਂ ਵਾਸਤੇ, ਆਪਣੇ ਭਾਈਚਾਰੇ ਵਾਸਤੇ, ਆਪਣੇ ਲੋਕਾਂ ਦੇ ਵਾਸਤੇ ਮੇਵਾ ਸਿੰਘ ਕੁਰਬਾਨ ਕਰ ਗਿਆ। ਜਦੋਂ ਭਾਈ ਮੇਵਾ ਸਿੰਘ ਨੂੰ ਪਤਾ ਸੀਗਾ ਕਿ ਇਹ ਸਾਰੇ ਭਾਈਚਾਰੇ ਨੂੰ ਕਿ ਉਹਨੂੰ 11 ਜਨਵਰੀ ਨੂੰ ਫਾਂਸੀ ਲੱਗ ਜਾਣੀ ਆ, ਅਤੇ ਅਮਰੀਕਾ ਦੇ ਵਿੱਚ ਜਿਹੜਾ ਸਟਾਕਟਨ ਦਾ ਗੁਰਦੁਆਰਾ ਸੀਗਾ ਉਹਦੇ ਵਿੱਚ ਪਹਿਲਾਂ ਹੀ ਜਿਹੜੀ ਸਿੱਖ ਸੰਗਤ ਸੀਗੀ ਉਹ ਤੇਰੀ ਦੀ, ਉਹਨਾਂ ਨੇ ਅਖੰਡ ਸਹਿਜ ਪਾਠ ਰਖਾਇਆ ਹੋਇਆ ਸੀਗਾ, ਅਤੇ ਉਸ ਦਿਨ ਉਹਨਾਂ ਨੇ ਭੋਗ ਪਾਏ ਉਹਦੇ। 1916 ਦੇ ਵਿੱਚ ਫਿਰ ਉਹਦੀ ਜਿਹੜੀ ਸੀ ਬਰਸੀ ਮਨਾਈ ਗਈ, ਅਤੇ ਉੱਥੇ ਵੀ ਜਿਹੜਾ 500-600 ਬੰਦਾ ਉਹਦੀ ਬਰਸੀ ਦੇ ਉੱਤੇ ਆਇਆ, ਅਤੇ ਫਿਰ ਹਰ ਸਾਲ ਜਿਹੜਾ ਉਹਦੀ ਬਰਸੀ ਮਨਾਈ ਜਾਂਦੀ ਆ। ਤੋ ਭਾਈ ਮੇਵਾ ਸਿੰਘ ਦੇ ਬਾਰੇ ਮੈਂ ਇਹ ਕਹਿਣਾ ਚਾਹਾਂਗਾ ਕਿ ਉਹਦੇ ਬਾਰੇ ਅਸੀਂ ਕਹਿ ਸਕਦੇ ਹਾਂ
ਮਾਣ ਕਰਨ ਵਾਸਤੇ ਲੋਪੋਕਿਆਂ ਵਾਲੇ ਕਹਿ ਸਕਦੇ ਹੋ ਸਾਡਾ ਸ਼ਹੀਦ ਹੈ, ਸਿੱਖ ਕਹਿ ਸਕਦੇ ਹੋ ਸਾਡਾ ਸ਼ਹੀਦ ਹੈ ਕਿਉਂਕਿ ਸਿੱਖੀ ਉਹਦੀ ਮੂਲ ਪ੍ਰੇਰਨਾ ਸੀਗੀ, ਪੰਜਾਬੀ ਕਹਿ ਸਕਦੇ ਨੇ ਸਾਡਾ ਸ਼ਹੀਦ ਹੈ, ਬ੍ਰਿਟਿਸ਼ ਕੋਲੰਬੀਆ ਵਾਲੇ ਵੀ ਕਹਿ ਸਕਦੇ, ਨਹੀਂ 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 ਬ੍ਰਿਟਿਸ਼ ਕੋਲੰਬੀਆ, ਇਹੋ ਹੀ ਤਾਂ ਮੈਂ ਗੱਲ ਕਹਿਣੀ ਚਾਹੁੰਦਾ ਹਾਂ ਕਿ ਹਿੰਦੁਸਤਾਨ ਵਾਲੇ ਕਿਉਂਕਿ ਹਿੰਦੁਸਤਾਨ ਗਦਰ ਪਾਰਟੀ ਦਾ ਉਹ ਮੈਂਬਰ ਸੀਗਾ, ਉਹ ਕਹਿ ਸਕਦੇ ਨੇ। ਪਰ ਮੈਂ ਸਭ ਤੋਂ ਵੱਡੀ ਗੱਲ ਜਿਹੜੀ, ਮੈਂ 2 ਸਾਲ ਪਹਿਲਾਂ ਵੈਨਕੂਵਰ ਦੇ ਵਿੱਚ ਭਾਈ ਮੇਵਾ ਸਿੰਘ ਦੇ ਸ਼ਹੀਦੀ ਦਿਵਸ ਉੱਤੇ ਜਦੋਂ ਗਿਆ ਸੀਗਾ ਅਤੇ ਉੱਥੇ ਮੈਂ ਆਖੀ ਸੀਗੀ ਆਪਣੇ ਲੈਕਚਰਾਂ ਦੇ ਵਿੱਚ ਵੱਖ ਵੱਖ ਥਾਵਾਂ ਉੱਤੇ, ਮੈਂ ਕਿਹਾ ਸੀ ਕਿ ਮੇਵਾ ਸਿੰਘ ਬਹੁਤ ਸੱਭਿਆਚਾਰਕ ਕੈਨੇਡਾ ਦਾ ਸ਼ਹੀਦ ਹੈ, ਕਿਉਂਕਿ ਉਸ ਵੇਲੇ ਤਾਂ ਬਹੁਤ ਸੱਭਿਆਚਾਰਕ ਮੁਲਕ ਨਹੀਂ ਸੀ ਕੈਨੇਡਾ, ਉਦੋਂ ਤਾਂ ਗੋਰਿਆਂ ਦਾ ਦੇਸ਼ ਰੱਖਣਾ ਚਾਹੁੰਦੇ ਸੀ ਅਤੇ ਉਹਨਾਂ ਵਾਸਤੇ ਇਹ ਕ੍ਰਿਮੀਨਲ ਸੀਗਾ, ਦੋਸ਼ੀ ਸੀਗਾ, ਜਿਵੇਂ ਭਗਤ ਸਿੰਘ ਹੋਣੀ, ਕਰਤਾਰ ਸਿੰਘ ਸਰਾਭੇ ਹੋਣੀ ਅੰਗਰੇਜ਼ਾਂ ਵਾਸਤੇ ਦੋਸ਼ੀ ਸੀ, ਪਰ ਸਾਡੇ ਵਾਸਤੇ ਉਹ ਸ਼ਹੀਦ ਨੇ। ਜਦੋਂ 1971 ਤੋਂ ਬਾਅਦ ਕੈਨੇਡਾ ਨੇ ਫੈਸਲਾ ਲੈ ਲਿਆ ਕਿ ਇਹ ਬਹੁਤ ਸੱਭਿਆਚਾਰਕ ਮੁਲਕ ਹੈਗਾ ਅਤੇ ਭਾਈ ਮੇਵਾ ਸਿੰਘ ਦੀ ਸ਼ਹਾਦਤ ਮੈਂ ਸਮਝਦਾ, ਕਿਉਂਕਿ ਭਾਈ ਮੇਵਾ ਸਿੰਘ ਪੁਰੀ ਵੀ ਕਾਮਾਗਾਟਾ ਮਾਰੂ ਵਾਲੇ ਵੀ ਤਾਂ ਇਹੋ ਹੀ ਚਾਹੁੰਦੇ ਸਨ ਕਿ ਅਸੀਂ ਇੱਥੇ ਆਈਏ, ਵੱਖ ਵੱਖ ਲੋਕ ਇੱਥੇ ਆਉਣ, ਇੱਥੇ ਵੱਖ ਵੱਖ ਰੰਗਾਂ ਦੇ ਲੋਕ ਆਉਣ, ਵੱਖ ਵੱਖ ਧਰਮਾਂ ਅਤੇ ਦੇਸ਼ਾਂ ਦੇ ਲੋਕ ਆਉਣ, ਔਰ ਇਹ ਮੁਲਕ ਬਹੁਤ ਸੱਭਿਆਚਾਰਕ ਮੁਲਕ ਬਣੇ। ਅੱਜ ਜੇ ਬਹੁਤ ਸੱਭਿਆਚਾਰਕ ਮੁਲਕ ਹੋਣ ਦਾ ਮਾਣ ਮਹਿਸੂਸ ਕਰਦੀ ਹੈ ਕੈਨੇਡਾ ਦੀ ਸਰਕਾਰ ਅਤੇ ਕਾਮਾਗਾਟਾ ਮਾਰੂ ਬਾਰੇ ਦੀ ਵੀ ਉਹ ਮੁਆਫ਼ੀ ਮੰਗਦੀ ਹੈ, ਅਤੇ ਮੈਂ ਡਾਕ ਟਿਕਟ ਵੀ ਉਹਦੇ ਬਾਰੇ ਜਾਰੀ ਕਰਦੀ, ਅਤੇ ਮੈਂ ਤੁਹਾਡੇ ਇਸ ਪ੍ਰੋਗਰਾਮ ਦੇ ਰਾਹੀਂ ਸਾਰੇ ਕੈਨੇਡਾ ਦੇ ਭਾਈਚਾਰੇ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਹਾਂ ਕਿ ਜਿਹੜਾ ਮੇਵਾ ਸਿੰਘ ਹੈ ਉਹ ਸਿੱਖਾਂ ਦਾ ਸ਼ਹੀਦ ਵੀ ਹੈ, ਉਹ ਪੰਜਾਬੀਆਂ ਅਤੇ ਹਿੰਦੁਸਤਾਨੀਆਂ ਦਾ ਸ਼ਹੀਦ ਵੀ ਹੈ, ਪਰ ਉਹ ਕੈਨੇਡਾ ਦਾ ਸ਼ਹੀਦ ਹੈ, ਕੈਨੇਡਾ ਦੇ ਬਹੁਤ ਸੱਭਿਆਚਾਰਕ ਮੁਲਕ ਦਾ ਸ਼ਹੀਦ ਹੈ, ਕਿਉਂਕਿ ਇਹਨਾਂ ਕਦਰਾਂ ਵਾਸਤੇ ਉਹਨੇ ਸ਼ਹਾਦਤ ਦਿੱਤੀ ਸੀ। ਇਸ ਕਰਕੇ ਮੈਂ ਸਮਝਾਂਗਾ ਕਿ ਉਹਨੂੰ ਕੈਨੇਡੀਅਨ ਬਹੁਤ ਸੱਭਿਆਚਾਰਕ ਸਮਾਜ ਦੇ ਪਹਿਲੇ ਸ਼ਹੀਦ ਵਜੋਂ ਵੀ ਮਾਨਤਾ ਮਿਲਣੀ ਚਾਹੀਦੀ ਹੈ, ਔਰ ਉਹਨੂੰ ਜਿਹੜਾ ਹੈ ਉਸ ਤਰ੍ਹਾਂ ਹੀ ਸਤਿਕਾਰ ਅਤੇ ਮਾਣ ਮਿਲਣਾ ਚਾਹੀਦਾ ਜਿਸ ਤਰ੍ਹਾਂ ਦਾ ਮਾਣ ਅਤੇ ਸਤਿਕਾਰ ਕਾਮਾਗਾਟਾ ਮਾਰੂ ਵਾਲਿਆਂ ਨੂੰ ਹੁਣ ਕੈਨੇਡਾ ਸਰਕਾਰ ਦੇ ਰਹੀ ਹੈ। ਭਾਈ ਮੇਵਾ ਸਿੰਘ ਨੂੰ ਵੀ ਉਸ ਤਰ੍ਹਾਂ ਦਾ ਸਤਿਕਾਰ, ਸ਼ਹੀਦੀ ਜਿਹੜਾ ਸਤਿਕਾਰ ਹੈ ਉਹ ਮਿਲਣਾ ਚਾਹੀਦਾ। ਡਾਕਟਰ ਸਾਹਿਬ, ਸੱਚਮੁੱਚ ਸਾਡੀ ਜਿਹੜੀ ਸੱਚੇ ਦਿਲੋਂ ਸ਼ਰਧਾਂਜਲੀ ਹੈ ਭਾਈ ਮੇਵਾ ਸਿੰਘ ਲੋਪੋ ਕੇ ਹੁਣਾਂ ਨੂੰ। ਵੈਸੇ 2015 ਦੇ ਵਿੱਚ ਮੇਰੇ ਖਿਆਲ ਨਾਲ ਉਹਨਾਂ ਦਾ ਸ਼ਤਾਬਦੀ ਸਾਲ ਸੀਗਾ ਜੀ ਉਹ, ਅਤੇ ਹੁਣ 2017 ਨੂੰ ਜਿਹੜਾ ਜੀ 11 ਜਨਵਰੀ ਨੂੰ ਉਹਨਾਂ ਨੂੰ 102 ਵਾਰੇ ਉਹਨਾਂ ਦੀ ਸ਼ਹਾਦਤ ਹੁਣ ਪੂਰੀ ਹੋ ਜਾਣੀ ਆ। ਆਪਾਂ ਇਹ ਜਿਹੜੀ ਲੜੀ ਸ਼ੁਰੂ ਕੀਤੀ ਹੈ, ਉਮੀਦ ਕਰਦਾ ਕਿ ਸਾਡੇ ਦਰਸ਼ਕਾਂ ਨੂੰ ਇਹ ਪਸੰਦ ਆਈ ਹੋਵੇਗੀ। ਪ੍ਰੋਗਰਾਮ ਦਾ ਸਮਾਂ ਸਮਾਪਤੀ ਵੱਲ ਹੈ, ਤੁਹਾਡਾ ਮੈਂ ਤਹਿ ਦਿਲੋਂ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ ਕਰਦਾ। ਮਿਹਰਬਾਨੀ ਜੀ, ਸ਼ੁਕਰੀਆ। ਦੋਸਤੋ, ਪਿਛਲੇ ਪ੍ਰੋਗਰਾਮ ਦੇ ਵਿੱਚ ਮੈਂ ਖਾਸ ਤੌਰ 'ਤੇ ਜ਼ਿਕਰ ਕੀਤਾ ਸੀ, ਹੁਣ ਵੀ ਕਰਦਾ ਹੈ, ਆਪਾਂ ਕੈਨੇਡਾ ਦੇ ਵਿੱਚ ਜਿਹੜੇ ਰਹਿਣ ਵਾਲੇ ਵਸਨੀਕ ਹਾਂ, ਸਾਨੂੰ ਆਪਣੇ ਇਸ ਇਤਿਹਾਸ ਬਾਰੇ ਜਾਣਕਾਰੀ ਹੋਣੀ ਜਿਹੜੀ ਹੈ ਜੀ, ਉਹ ਸਾਡਾ ਅਖਲਾਕੀ ਫਰਜ਼ ਬਣਦਾ ਹੈ। ਖਾਸ ਤੌਰ 'ਤੇ ਭਾਈ ਮੇਵਾ ਸਿੰਘ ਲੋਪੋ ਕੇ ਹੁਣਾਂ ਨੂੰ ਜਿਹੜੀ ਹੈ ਜੀ ਇਹ ਪ੍ਰੋਗਰਾਮ ਅਸੀਂ ਸਮਰਪਿਤ ਕੀਤਾ ਹੈ, ਅਤੇ ਮੈਂ ਉਮੀਦ ਕਰਦਾ ਕਿ ਤੁਹਾਨੂੰ ਇਹਦੇ ਵਿੱਚੋਂ ਬਹੁਤ ਸਾਰੀਆਂ ਜਿਹੜੀਆਂ ਜੀ ਵਿਚਾਰ ਤਰਕ ਤੌਰ 'ਤੇ ਤੁਸੀਂ ਗੱਲਾਂ ਸਿੱਖਣ ਨੂੰ ਮਿਲੀਆਂ ਹੋਣਗੀਆਂ, ਔਰ ਉਹ ਜਜ਼ਬਾ ਜਿਹੜਾ ਕਿ ਕਿਹੜੇ ਜਜ਼ਬੇ ਦੇ ਨਾਲ ਸਾਡੇ ਸ਼ਹੀਦਾਂ ਨੇ ਇੱਥੇ ਆ ਕੇ ਸਾਡੇ ਲਈ ਜਗ੍ਹਾ ਬਣਾਈ ਹੈ ਜੀ, ਮੈਂ ਨਮਸਕਾਰ ਕਰਦਾ ਹਾਂ ਆਪਣੇ ਸਾਰੇ ਸ਼ਹੀਦਾਂ ਨੂੰ, ਉਹਨਾਂ ਸਾਰੇ ਪੰਜਾਬੀ ਭਾਈਚਾਰੇ ਨੂੰ ਜਿਨ੍ਹਾਂ ਨੇ ਸਾਡੇ ਵਾਸਤੇ ਆਹ ਰਾਹ ਬਣਾਏ, ਸੁਖਾਲੇ ਕੀਤੇ ਨੇ, ਜਿਨ੍ਹਾਂ ਕਰਕੇ ਅੱਜ ਅਸੀਂ ਇਲੈਕਸ਼ਨਾਂ ਜਿੱਤ ਕੇ ਅਤੇ ਪਾਰਲੀਮੈਂਟ ਦੇ ਵਿੱਚ ਬੈਠੇ ਹੋਏ ਹਾਂ, ਆਪਣੇ ਹੱਕਾਂ ਲਈ ਲੜ ਰਹੇ। ਸਟਿਲ ਮੈਂ ਤਾਂ ਕਹਿੰਦਾ ਅਜੇ ਵੀ ਕੁਛ ਸਾਡੇ ਜਿਹੜੇ ਹੈ ਜੀ ਇਮੀਗ੍ਰੇਸ਼ਨ ਦੇ ਜਿਹੜੇ ਕੁਝ ਹੱਕ ਲੈਣ ਵਾਲੇ ਰਹਿੰਦੇ ਨੇ। ਸੋ ਸਾਡੇ ਜਿਹੜੇ ਖਾਸ ਤੌਰ 'ਤੇ ਹਿੰਦੀ ਨੇ, ਪੰਜਾਬੀ ਨੇ, ਭਾਰਤੀ ਨੇ, ਉਹਨਾਂ ਨੂੰ ਇਹੋ ਜਿਹੇ ਲੀਡਰ ਜਿਹੜੇ ਸਮੇਂ ਸਮੇਂ ਚਾਹੀਦੇ ਵੀ ਹੁੰਦੇ ਨੇ, ਜਿਹੜੇ ਸਾਨੂੰ ਵਿਚਾਰਤਕ ਤੌਰ 'ਤੇ ਚੇਤੰਨ ਕਰਦੇ ਰਹਿਣ। ਸੋ ਮੈਂ ਤੈਅ ਦਿਲੋਂ ਇੱਕ ਵਾਰ ਫਿਰ ਡਾਕਟਰ ਵਰਿਆਮ ਸਿੰਘ ਸੰਧੂ ਹੋਣਾ ਦਾ ਵੀ ਇੱਕ ਵਾਰ ਫਿਰ ਸ਼ੁਕਰੀਆ ਕਰਦਾ ਡਾਕਟਰ ਸਾਹਿਬ ਤੁਹਾਡਾ, ਕਿ ਤੁਸੀਂ ਇੰਨੀ ਬਰੀਕੀ ਦੇ ਨਾਲ ਜਿਹੜੀ ਹੈ ਜੀ ਜਾਣਕਾਰੀ ਮੁਹੱਈਆ ਕਰਵਾਉਂਦੇ ਹੋ ਜੀ। ਮਿਹਰਬਾਨੀ ਜੀ, ਤੁਹਾਡਾ ਪ੍ਰਾਈਮ ਏਸ਼ੀਆ ਦਾ ਵੀ ਬਹੁਤ ਬਹੁਤ ਧੰਨਵਾਦ ਕਿ ਜਿਨ੍ਹਾਂ ਨੇ ਇਹ ਸਾਰੇ ਇਤਿਹਾਸ ਨੂੰ ਆਪਣੇ ਦਰਸ਼ਕਾਂ ਦੇ ਸਾਹਮਣੇ ਪੇਸ਼ ਕਰਨ ਦਾ ਇਹ ਚਾਰਾ ਕੀਤਾ। ਬਹੁਤ ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ ਜੀ। ਸੋ ਦੋਸਤੋ, ਸਮਾਂ ਹੁਣ ਸਮਾਪਤ ਆ ਅਤੇ ਅਗਲੇ ਪ੍ਰੋਗਰਾਮ ਦੇ ਵਿੱਚ ਇੱਕ ਨਵੀਂ ਕੜੀ ਜੀ ਸ਼ੁਰੂ ਕਰਾਂਗੇ, ਅਤੇ ਹੁਣ ਸਾਨੂੰ ਦਿਓ ਇਜਾਜ਼ਤ ਅਤੇ ਅਗਲੇ ਪ੍ਰੋਗਰਾਮ 'ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਸਤਿ ਸ਼੍ਰੀ ਅਕਾਲ।